ਹਾਲ ਹੀ ਵਿੱਚ ਇੱਕ ਕੁੜੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਇੱਕ ਗੀਤ ਤੇ ਟਿਕਟੌਕ ਵੀਡੀਓ ਬਣਾਈ ਗਈ ਸੀ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈ ਸੀ ਇਸ ਵੀਡੀਓ ਦੀ ਲੋਕਾਂ ਵੱਲੋਂ ਕਾਫੀ ਨਿੰਦਾ ਵੀ ਕੀਤੀ ਗਈ ਸੀ ਦੱਸ ਜਾਈਏ ਕਿ ਉਹੀ ਲੜਕੀ ਵੱਲੋਂ ਹੁਣ ਇੱਕ ਹੋਰ ਟਿਕਟੌਕ ਵੀਡੀਓ ਬਣਾ ਕੇ ਅਪਲੋਡ ਕੀਤੀ ਗਈ ਹੈ ਇਸ ਵੀਡੀਓ ਵਿੱਚ ਲੜਕੀ ਨੇ ਮੁਆਫੀ ਮੰਗੀ ਹੈ ਉਸ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ ਗੁਰਦੁਆਰੇ ਗਈ ਸੀ ਤੇ ਉਸ ਨੂੰ ਮर्याਦਾ ਦਾ ਨਹੀਂ ਪਤਾ ਸੀ ਤੇ ਨਾ ਹੀ ਉਸ ਨੂੰ ਕਿਸੇ ਨੇ ਉੱਥੇ ਵੀਡੀਓ ਬਣਾਉਣ ਤੋਂ ਰੋਕਿਆ ਹੈ ਉਸਨੇ ਕਿਹਾ ਕਿ ਇਸ ਦੇ ਲਈ ਮੈਂ ਮੁਆਫੀ ਮੰਗਦੀ ਹਾਂ ਤੇ ਆਪਣੀ ਗਲਤੀ ਵੀ ਸਵੀਕਾਰ ਕਰਦੀ ਹਾਂ ਆਓ ਦਿਖਾਉਂਦੇ ਹਾਂ ਤੁਹਾਨੂੰ ਇਹ ਵੀਡੀਓ ਮੈਨੇ ਕੱਲ ਪਰਸੋ ਗੁਰਦੁਆਰੇ ਮੇ ਡਾਂਸ ਕਰਤੇ ਹੋਏ ਇੱਕ ਵੀਡੀਓ ਪੋਸਟ ਕਰੀ ਥੀ ਔਰ ਉਸ ਪੇ ਬਹੁਤ ਬਹੁਤ ਬੁਰੇ ਕਮੈਂਟਸ ਆਏ ਹੋਏ ਥੇ ਔਰ ਮੈਂ ਮੰਨਦੀ ਹੂੰ ਕਿ ਉਹ ਕਮੈਂਟਸ ਆਨੇ ਚਾਹੀਦੇ ਥੇ ਕਿਉਂਕਿ ਲੋਕੋ ਕੋ ਬੁਰਾ ਲਗਾ ਹੋਗਾ ਦੇਖ ਕੇ ਮੈਂ ਆਪਣੀ ਗਲਤੀ ਕੋ ਐਕਸੈਪਟ ਕਰਤੀ ਹੂੰ ਮੁਝੇ ਮਾਫ ਕਰ ਦੇਨਾ ਅਗਰ ਕਿਸੇ ਕੇ ਰਿਲੀਜਨ ਕੋ ਮੈਨੇ ਠੇਸ ਪਹੁੰਚਾਈ ਹੋ ਰੀਅਲੀ ਸੌਰੀ ਮਾਫ ਕਰ ਦੇਨਾ ਮੇਰੇ ਕੋ बट मैं फर्स्ट टाइम गुरुद्वारे में गई थी और मेरे को वहाँ के रूल्स एंड रेगुलेशन के बारे में बिल्कुल नहीं पता था अगर मेरे को वहाँ पे कोई रोकता वीडियो बनाने के लिए तो और अगर मैंने कोई बोर्ड देखा होता मैंने कोई बोर्ड वहाँ पे नहीं देखा कि हमें फोन फ़ोन यूज़ नहीं करना वहाँ पे बहुत से लोग सेल्फी वगैरह ले रहे थे इसीलिए मैंने मैं इसीलिए मैंने वीडियो बनाई वहाँ पे तो माफ़ कर देना आगे से ऐसा कुछ नहीं होगा रियली सॉरी जिनके मेरा कोई इंटेंशन नहीं था किसी के धर्म को ठेस पहुँचाने का किसी को नीचा दिखाने का ਤੋ ਮੁਝੇ ਮਾਫ ਕਰ ਦੇਣਾ ਅੱਜ ਇਹਨ ਲੋਗੋ ਕੋ ਬੁਰਾ ਲਗਾਓ ਰੀਅਲੀ ਸੌਰੀ ਉਸਕੇ ਲਈ ਉਸ ਵੀਡੀਓ ਕੇ ਲਈ ਸੌਰੀ ਬਿਊਰੋ ਰਿਪੋਰਟ ਫਰੰਗਲਾ ਟੀ